ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਚਲੰਤ ਮਸਲੇ 'ਚ। ਡਾਕਟਰ ਸਾਹਿਬ, ਤੁਸੀਂ ਗੱਲ ਆਪਣੀ ਜਾਰੀ ਰੱਖੋ, ਪਰ ਇਹਦਾ ਇੱਕ ਇਹ ਜ਼ਰੂਰ ਮੈਂ ਚਾਹੂੰਗਾ ਤੁਹਾਡੇ ਤੋਂ ਜਵਾਬ ਕਿ ਜਦੋਂ ਸੂਬਾ ਸਰਕਾਰ ਨੂੰ ਆਪਦੇ ਸੁਰੱਖਿਆ ਸਿਸਟਮ ਦੇ ਉੱਪਰ ਵਿਸ਼ਵਾਸ ਨਹੀਂ ਹੈਗਾ ਤਾਂ ਲੋਕ ਕੀ ਕਰਨਗੇ? ਇਹ ਜੇਲ੍ਹਾਂ ਦੀ ਸੁਰੱਖਿਆ ਤਾਂ CRPF ਨੂੰ ਦੇ ਰਹੇ ਆ ਅਤੇ ਲੋਕਾਂ ਦੀ ਸੁਰੱਖਿਆ ਤਾਂ ਪੰਜਾਬ ਪੁਲਿਸ ਨੇ ਹੀ ਕਰਨੀ ਹੈ ਅਤੇ ਪੰਜਾਬ ਪੁਲਿਸ ਦੇ ਉੱਪਰ ਸਰਕਾਰ ਨੂੰ ਇਤਬਾਰ ਨਹੀਂ, ਲੋਕ ਪੁਲਿਸ ਦੇ ਇਤਬਾਰ ਕਰਨ ਕਿ ਨਾ ਕਰਨ? ਦੇਖੋ, ਗੱਲ ਇਹ ਹੈ ਵੀ ਪੁਲਿਸ ਤਾਂ ਅੱਜ ਲੋਕ ਇਹ ਤਾਂ ਆਪਣੇ ਕਹਿਣ ਨਾਲ ਨਹੀਂ ਫਰਕ ਪੈਂਦਾ, ਲੋਕਾਂ ਨੂੰ ਪਤਾ ਵੀ ਪੁਲਿਸ ਕੀ ਕਰਦੀ ਹੈ। ਲੋਕਾਂ ਦਾ ਕੋਈ ਪੁਲਿਸ ਦੇ ਉੱਤੇ ਇਤਬਾਰ ਨਹੀਂ ਹੈ। ਹਰ ਜਗ੍ਹਾ 'ਤੇ ਆ ਜਿਹੜਾ ਘਟਨਾ ਹੋਈ ਹੈ ਚੰਗਾਲੀ ਵਾਲੀ, ਉਹ ਘਟਨਾ 'ਚ ਪੁਲਿਸ ਦੀ ਸਾਰੀ ਵੱਡੀ ਭੂਮਿਕਾ ਹੈ। ਬਿਲਕੁਲ, ਕਿ ਇਹ ਤਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਵੀ ਪੁਲਿਸ ਕੀ ਕਰ ਰਹੀ ਹੈ। ਔਰ ਮੇਰਾ ਨਿੱਜੀ ਤਜਰਬਾ ਵੀ ਹੈ, ਐਜ਼ ਏ ਡਾਕਟਰ ਤਜਰਬਾ ਵੀ ਹੈ ਵੀ ਪੁਲਿਸ ਕਦੇ ਜਿਹੜਾ ਕਾਨੂੰਨ ਨਿਯਮ ਕਾਨੂੰਨ ਨਾਲ ਕੰਮ ਨਹੀਂ ਕਰਦੀ, ਉਹ ਤਾਂ ਤਕੜੇ ਵੱਲ ਨੂੰ ਜਾਂਦੀ ਹੈ, ਸਿਆਸਤ ਵੱਲ ਨੂੰ ਜਾਂਦੀ ਹੈ। ਕਾਮਨਮੈਨ ਨੂੰ ਨਹੀਂ ਉਹ ਪੁੱਛਦੇ, ਉਹ ਤਾਂ ਜਿਹੜਾ ਕਤਲ ਹੋਵੇ ਉਹਨੂੰ ਸੁਈਸਾਈਡ ਬਣਾ ਦਿੰਦੀ ਹੈ। ਜਿਹੜੀ ਕੁੜੀ ਦਾ ਰੇਪ ਹੁੰਦਾ ਉਸੇ ਨੂੰ ਇਹੋ ਜਿਹਾ ਸਵਾਲ ਕਰਦੇ ਆ ਕਿ ਉਹ ਸੁਈਸਾਈਡ ਕਰਨ 'ਤੇ ਮਜਬੂਰ ਹੋ ਜਾਂਦੀ ਆ, ਹਾਈਕੋਰਟ ਨੂੰ ਹੁਕਮ ਕਰਨੇ ਪੈਂਦੇ ਨੇ। ਸੋ ਪੁਲਿਸ ਦਾ ਤਾਂ ਇਹ ਪਾਰਟ ਹੈ। ਮੈਂ ਜਿਹੜੀ ਗੱਲ ਜਿਹੜੀ ਦੂਜੀ ਗੱਲ 'ਤੇ ਜਿਹੜਾ ਤੁਸੀਂ ਸਵਾਲ ਕਰਿਆ ਵੀ ਇਹ ਕੀ ਹੋਏਗਾ, ਇੱਕ ਤਰੀਕਾ ਹੈ ਕਿ ਤੁਸੀਂ ਇੱਕ ਕੰਪਲੀਕੇਸ਼ਨ ਹੋ ਗਈ, ਸਾਡਾ ਸਿਸਟਮ ਸਾਨੂੰ ਸਭ ਨੂੰ ਪਤਾ ਵੀ ਜਰਜਰਾ ਹੋ ਗਿਆ, ਬਿਲਕੁਲ ਹੀ ਥੱਲੇ ਬਹਿ ਗਿਆ। ਇਹਦੇ ਵਿੱਚ ਹੱਲ ਕੀ ਲੱਭ ਰਹੇ ਨੇ? ਹੱਲ ਇਹ ਲੱਭ ਰਹੇ ਨੇ ਕਿ ਜੇ ਅਸੀਂ CRP ਨੂੰ ਦੇ ਦਾਂਗੇ, ਪੁਲਿਸ 'ਤੇ ਵਿਸ਼ਵਾਸ ਨਹੀਂ ਰਿਹਾ, ਫਿਰ CRP 'ਤੇ ਵਿਸ਼ਵਾਸ, ਫਿਰ ਕਿਤੇ ਜਾਣਗੇ? ਸਾਨੂੰ ਇਹਨੂੰ ਸੁਧਾਰਨ ਦੀ ਲੋੜ ਹੈ, ਨਾ ਕਿ ਇਹ ਘੋੜੇ ਬਦਲਣ ਦੀ। ਇਹ ਘੋੜੇ ਬਦਲਣ ਦੀ ਕੋਸ਼ਿਸ਼ ਕਰਦੇ ਨੇ। ਲੜਾਈ 'ਚ ਜਿਹੜਾ ਬੰਦਾ ਆਪਦੇ ਘੋੜੇ ਬਦਲਣ ਲੱਗ ਜਾਏ, ਉਹ ਹਾਰਦਾ, ਉਹ ਜਿੱਤਦਾ ਨਹੀਂ ਹੈਗਾ। ਅਤੇ ਇਸ ਕਰਕੇ ਇਹ ਨੁਕਸ ਕਿਸੇ ਜਿੱਥੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ, ਰੋਗ ਦਾਰੂ ਦੋਵੇਂ ਬੁੱਝੇ ਤਾਂ ਤੂੰ ਵੈਦ ਸਜਾਣ। ਉਹ ਪਹਿਲਾਂ ਰੋਗ ਤਾਂ ਬੁੱਝ ਲਓ, ਇਹ ਕੁਛ ਹੋਰ ਹੀ ਦਵਾਈ ਦੇਈ ਜਾਂਦੇ ਨੇ ਅਤੇ ਰੋਗ ਹੈ। ਕਹਿੰਦੇ ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨ ਜਾਣੀ ਕਰਕ ਕਲੇਜੇ ਮਾਂ। ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਬਿਮਾਰੀ ਕੀ ਹੈ। CRP ਬਦਲ ਦਿਉ ਜੀ, ਹੁਣ ਜਿਹਨਾਂ 'ਚ ਐਂ ਲਾ ਦਿਉ ਜੀ, ਹੁਣ ਫਲਾਣੀ ਗੱਲ ਕਰ ਦਿਉ ਜੀ, ਹੁਣ ਜੈਮਰ ਲਾ ਦਿਉ ਜੀ, ਫਿਰ ਤੁਸੀਂ ਕਹੋਗੇ ਲੋਕਾਂ ਨੂੰ ਜੇਲ੍ਹ ਦੇ ਵਿੱਚ। ਉਹ ਤਾਂ ਬਾਰਡਰ ਦੇ ਉੱਤੇ ਜਿਹੜੀ BSF ਲੱਗੀ ਹੋਈ ਹੈ ਕੇਂਦਰ ਦੇ ਅਧੀਨ ਹੈ, ਅਤੇ ਉਹਦੇ ਤਾਂ ਇਹਦੇ ਬਾਵਜੂਦ ਸਭ ਕੁਛ ਹੋ ਰਿਹਾ, ਉਹ ਬਾਰਡਰ ਦੇ ਉੱਤੇ ਹੋਣ ਦੇ ਸੁਖਵਿੰਦਰ ਸਿੰਘ ਵਾਲਾ ਇਸ਼ੂ ਉਹਦੇ ਬਾਵਜੂਦ ਹੋਇਆ। ਸੋ ਜਿੱਥੇ ਫੌਜ ਲੱਗੇ ਉੱਥੇ ਹੋਈ ਜਾਂਦੇ ਨੇ। ਸੋ ਇਹ ਕਹਿਣਾ ਕਿ ਅਸੀਂ ਕੋਈ ਸਿਕਿਉਰਿਟੀ ਸੰਸਥਾ ਜਿਹੜਾ ਹੈਗਾ ਜਥੇਬੰਦੀ ਉਹਨੂੰ ਬਦਲ ਕੇ ਸ਼ਾਇਦ ਕੋਈ ਵਧੀਆ ਕਰ ਲਾਂਗੇ, ਗਲਤ ਹੈ। ਇਹ ਡਾਇਗਨੋਸਿਸ ਹੀ ਇਹਨਾਂ ਦਾ ਗਲਤ ਹੈ, ਇਹ ਨਿਦਾਨ ਵੀ ਇਹਦਾ ਗਲਤ ਹੈ। ਇਹਦਾ ਤਰੀਕਾ ਇਹ ਹੈ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਲੋਕ ਅਤੇ ਪੰਜਾਬ ਦੀ ਸਰਕਾਰ ਉਹ ਇਕੱਠੇ ਹੋ ਕੇ ਇਹਨਾਂ ਮਸਲਿਆਂ ਦਾ ਹੱਲ ਕਰਨ। ਪਰ ਜਿਹੜੀ ਸਾਡੀ ਸਿਆਸਤ ਹੈ ਉਰੇ, ਚਾਹੇ ਰਾਜ ਕਰਨ ਵਾਲੀ ਪਾਰਟੀ ਹੈ ਚਾਹੇ ਪਹਿਲਾਂ ਰਾਜ ਕਰਨ ਵਾਲੀ ਸੀ, ਉਹ ਲੋਕਾਂ ਨੂੰ ਉੱਠਣ ਦੇਣਾ ਨਹੀਂ ਚਾਹੁੰਦੀ। ਲੋਕਾਂ ਦੇ ਸਹਿਯੋਗ ਲਾਏ ਤੋਂ ਬਿਨਾਂ ਸਿੱਧੇ ਰੂਪ 'ਚ ਇਹ ਮਸਲੇ ਹੁਣ ਹੱਲ ਨਹੀਂ ਹੋਣੇ, ਕਿਉਂਕਿ ਲੋਕਾਂ ਦਾ ਸਰਕਾਰ 'ਤੇ ਵਿਸ਼ਵਾਸ ਵੀ ਨਹੀਂ ਰਿਹਾ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਹੈ ਨਹੀਂ। ਮੁੱਖ ਮੰਤਰੀ ਸਾਹਿਬ ਆਪ ਵੀ ਕਿਤੇ ਨਜ਼ਰ ਨਹੀਂ ਆ ਰਹੇ ਲੰਬੇ ਸਮੇਂ ਤੋਂ। ਤੁਸੀਂ ਗੱਲ ਕਰ ਰਹੇ ਲੋਕਾਂ ਦੇ ਸਹਿਯੋਗ ਦੀ, ਮਿੱਢਾ ਜੀ ਸਰਕਾਰ ਤੁਹਾਡੀ ਸਰਕਾਰ ਦਾ ਕਾਰਜਕਾਲ ਵੀ ਬਹੁਤਾ ਲੰਬਾ ਸਮਾਂ ਹੁਣ ਰਿਹਾ ਨਹੀਂ ਹੈਗਾ, ਆਖਰੀ ਦਿਨਾਂ 'ਚ ਹੈਗਾ, ਆਖਰੀ ਮਹੀਨਿਆਂ 'ਚ ਆ। ਇਸ ਮੌਕੇ ਆ ਕੇ ਜਿਹੜੀਆਂ ਇਸ ਤਰ੍ਹਾਂ ਦੇ ਘਟਨਾਵਾਂ ਵਾਪਰ ਰਹੀਆਂ, ਜਿਵੇਂ CRPF ਨੂੰ ਸੂਬੇ 'ਚ ਲਾਇਆ ਜਾ ਰਿਹਾ, ਪੰਜਾਬ ਪੁਲਿਸ ਦੇ ਤੁਹਾਡੀ ਗੌਰਮੈਂਟ ਉਤਵਾਰ ਨਹੀਂ ਰਿਹਾ, ਇਹ ਜਿਹੇ ਹਾਲਾਤ ਦੇ ਵਿੱਚ ਲੋਕਾਂ ਦਾ ਬਣੇਗਾ ਕੀ? ਕੌਣ ਜ਼ਿੰਮੇਵਾਰ ਹੈ ਲੋਕਾਂ ਦੀ ਸੁਰੱਖਿਆ ਦਾ, ਕੌਣ ਜ਼ਿੰਮੇਵਾਰ ਆ ਲੋਕਾਂ ਦੇ ਭਵਿੱਖ ਦਾ? ਦੇਖੋ, ਕੋਈ ਮਹੀਨਿਆਂ ਦੀ ਸਰਕਾਰ ਨਹੀਂ ਰਹਿ ਗਈ ਹੈ। ਗੱਲ ਇਹ ਹੈ ਕਿ ਅਸੀਂ ਹਜੇ ਅੱਧਾ ਹੀ ਸਮਾਂ ਬਤੀਤ ਕੀਤਾ ਸਰਕਾਰ ਦਾ, ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ CRPF ਦੀ, ਜਿਹੜੀ ਤੁਸੀਂ ਗੱਲ ਕਰ ਰਹੇ ਹੋ CRPF ਵਾਲੀ, ਜਿਹੜੀ ਇੱਕ ਪ੍ਰਪੋਜ਼ਲ ਆਈ ਹੈ, ਕੋਈ ਇਸ ਤੇ ਉੱਤੇ ਲਿਖਿਆ ਜੀ ਲਿਖਿਆ ਔਰ ਬਕਾਇਦਾ ਤੌਰ ਤੇ ਫੈਸਲਾ ਹੋ ਚੁੱਕਿਆ ਹੈ। ਮੈਂ ਨਹੀਂ, ਹਜੇ ਲੁਧਿਆਣਾ ਦੀ ਕੇਂਦਰੀ ਜੇਲ੍ਹ ਤੇ ਲਾਉਣ ਦਾ ਫੈਸਲਾ ਹੋ ਚੁੱਕਿਆ ਹੈ। ਮੈਂ ਉਹ ਗੱਲ ਉਹੀ ਹੈ ਨਾ, ਇੱਕ ਪ੍ਰਪੋਜ਼ਲ ਹੈ, ਔਰ ਪ੍ਰਪੋਜ਼ਲ ਤੋਂ ਬਾਅਦ ਜੇ ਇੱਕ ਥਾਂ ਦੇ ਉੱਤੇ ਕੋਈ ਜਿਹੜਾ ਲਗਾ ਕੇ ਜੇਕਰ ਉਸ ਤੇ ਕੋਈ ਬਿਹਤਰ ਨਤੀਜੇ ਆਉਂਦੇ ਹਨ ਤਾਂ ਕੋਈ ਮਾੜੀ ਗੱਲ ਨਹੀਂ। ਸਟੇਟ ਦੇ ਬੋਝ ਕਿੰਨਾ ਪਵੇਗਾ ਜੀ? ਤੁਸੀਂ ਪੰਜਾਬ ਪੁਲਿਸ ਨੂੰ ਕਹਦਾ ਤੁਸੀਂ ਤਨਖਾਹਾਂ ਦੇ ਰਹੇ ਹੋ ਜੇ ਤੁਹਾਨੂੰ ਸੁਰੱਖਿਆ ਨਹੀਂ ਕਰਨੀ ਉਹਨਾਂ ਨੇ ਸੂਬੇ ਦੀ? ਦੇਖੋ, ਗੱਲ ਇਹ ਹੈ ਕਿ ਪੰਜਾਬ ਪੁਲਿਸ ਦਾ ਜਿਹੜਾ ਜੇਲ੍ਹ ਸੁਰੱਖਿਆ ਦਾ ਜਿਹੜਾ ਅਮਲਾ ਵੱਖਰਾ ਹੈ, ਔਰ ਉਸ ਦੇ ਵਿੱਚ ਜੇਕਰ ਕੋਈ ਸ਼ਿਕਾਇਤ ਆਈ ਹੈ, ਜੇਕਰ ਉਸ ਸ਼ਿਕਾਇਤਾਂ ਨੂੰ ਦੂਰ ਕਰਨ ਦੇ ਲਈ ਕੋਈ ਇਸ ਤਰੀਕੇ ਦਾ ਉਪਰਾਲਾ ਕੀਤਾ ਜਾਂਦਾ, ਮਾੜਾ ਨਹੀਂ ਹੈ। ਪਰ ਹਾਂ, ਜਿੱਥੇ ਆਪਾਂ ਪੁਲਿਸ ਦੇ ਕਿਰਦਾਰ ਦੀ ਗੱਲ ਕਰਦੇ ਹਾਂ, ਜਿੱਥੇ ਆਪਾਂ ਇਹ ਗੱਲ ਕਰਦੇ ਹਾਂ ਕਿ
ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਕਿੱਦਾਂ ਦੀ ਰਹੀ ਹੈ, ਕਿੱਦਾਂ ਦੀ ਹੈ ਤੇ ਕਿੱਦਾਂ ਦੀ ਰਹੇਗੀ, ਉਹ ਇੱਕ ਵਿਸ਼ਾ ਹੈ, ਡਿਸਕਸ ਕਰਨ ਦਾ ਵਿਸ਼ਾ ਹੈ। ਸਾਰੇ ਪੁਲਿਸ ਅਫਸਰ ਮਾੜੇ ਨੇ ਇਹ ਨਹੀਂ ਕਿਹਾ ਜਾ ਸਕਦਾ, ਪਰ ਮਤਲਬ ਜੀ ਅਸੀਂ ਨੋਟ ਕੀਤਾ ਕਿ ਜਿਹੜੇ ਵੀ ਹੁਣ ਜਿਹੜਾ ਨਵੇਂ ਪੀੜ੍ਹੀ ਹੈ ਉਹ ਬਹੁਤ ਜਿਹੜੀ ਹੈ ਇਸ ਗੱਲ ਨੂੰ, ਛੋਟੀ ਛੋਟੀ ਗੱਲ ਨੂੰ ਬਹੁਤ ਸੋਚਦੀ ਹੈ ਔਰ ਉਹ ਆਪਣੇ ਫਰਜ਼ਾਂ ਪ੍ਰਤੀ ਬਹੁਤ ਜਾਗਰੂਕ ਹੋ ਰਹੀ ਹੈ। ਉੱਥੇ ਉੱਥੇ ਕੁਛ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਹੜੇ ਜਿਹੜਾ ਸਟਾਫ ਹੈ ਉਹ ਇਹ ਜੇ ਜੇਲ੍ਹਾਂ ਦੇ ਵਿੱਚ ਜਿਸ ਤਰੀਕੇ ਨਾਲ ਮਿਲੀ ਭੁਗਤ ਨਾਲ ਕੰਮ ਕਰਦਾ ਰਿਹਾ ਹੈ, ਉਹਨਾਂ ਤੋਂ ਉਹ ਜਿਹੜਾ ਐਪ ਅਤੇ ਆਦਤਾਂ ਛਡਾਉਣੀਆਂ ਜਿਹੜੀਆਂ ਉਹ ਘਟੀਆਂ ਵੀ ਨੇ, ਪਰ ਜਿਹੜੀ ਮੁਕੰਮਲ ਤੌਰ ਦੇ ਉੱਤੇ ਕੋਈ ਸਾਰੇ ਦਰੁਸਤ ਹੋ ਗਏ ਨੇ ਇਹ ਅਕਾਲੀ ਭਾਜਪਾ ਸਰਕਾਰ ਪਾ ਕੇ ਗਈ ਹੈ ਕਾਫੀ ਹੱਦ ਤੱਕ। ਗਿੱਲ ਸਾਹਿਬ ਤੁਸੀਂ ਵਿਗਾੜ ਪਾ ਕੇ ਗਏ ਹੋ ਜਿਹੜਾ ਹੁਣ ਇਹਨਾਂ ਨੂੰ ਇਹਨਾਂ ਕੋਲੋਂ ਸੁਧਰ ਹੀ ਨਹੀਂ ਰਿਹਾ। ਜੇ ਇਹਨਾਂ ਦੀ ਗੱਲ ਹੀ ਮੰਨ ਲਈਏ ਵੀ ਅਸੀਂ ਵਿਗਾੜ ਪਾਇਆ ਤੇ ਇਹਨਾਂ ਕੋਲ ਸੁਧਰ ਨਹੀਂ ਰਿਹਾ, ਉਹਦਾ ਤਾਂ ਇੱਕੋ ਹੀ ਗੱਲ ਹੈ ਵੀ ਸੀਐਮ ਫਿਰ ਚੇਂਜ ਕਰ ਲਓ ਭਾਈ ਤੁਸੀਂ ਆਪਣਾ। ਜੇ ਕਾਂਗਰਸ ਦਾ ਸੀਐਮ ਨਹੀਂ ਕੈਪੇਬਲ, ਜਦੋਂ ਕੋਈ ਵਿਗਾੜ ਨਹੀਂ ਠੀਕ ਹੋ ਰਹੇ ਤਾਂ ਸੀਐਮ ਬਦਲ ਲਓ। ਇਹ ਤਾਂ ਫਿਰ ਸੋਨੀਆ ਗਾਂਧੀ ਨੂੰ ਵੇਖਣਾ ਚਾਹੀਦਾ। ਜੇ ਗੱਲ ਤਾਂ ਹੁਣ ਵੀ ਤੁਸੀਂ ਐਸ ਐਸ ਪੀ ਦੀ ਐਲੀਗੇਸ਼ਨ ਅੱਜ ਲਾਤਾ, ਠੀਕ ਉਹਦੀ ਟ੍ਰਾਂਸਫਰ ਕਰ ਦੋਗੇ, ਹੁਣ ਲੋਕ ਸੀਐਮ ਕਿੱਥੋਂ ਚੇਂਜ ਕਰ ਲੈਣ ਭਾਈ ਜਿਹਨਾਂ ਨੇ ਵੋਟਾਂ ਪਾਈਆਂ ਉਹਨਾਂ ਨੂੰ ਦੇਖ ਕੇ, ਜਿਨ੍ਹਾਂ ਨੇ ਉਹਨਾਂ ਦੀ ਉਸ ਵਾਅਦੇ ਨੂੰ ਵੋਟ ਪਾ ਦਿੱਤੀ ਵੀ ਲੋਨ ਮਾਫ਼ ਹੈ, ਜਿਨ੍ਹਾਂ ਨੇ ਉਹਨਾਂ ਦੇ ਇਸ ਵਾਅਦੇ ਨੂੰ ਲੋਨ ਮਾਫ਼ ਵੋਟ ਪਾ ਦਿੱਤੀ। ਇਹਨਾਂ ਦੀ ਗੱਲ ਦੇ ਹਿਸਾਬ ਨਾਲ ਵੀ ਜੇ ਅਸੀਂ ਪੁਆੜੇ ਪਾਏ ਆ ਤੇ ਇਹਨਾਂ ਕੋਲ ਨਹੀਂ ਸੁਧਰ ਰਹੇ ਤੇ ਵੇਖੋ ਹੈਡ ਆਫ ਦਾ ਹਾਊਸ ਤੇ ਫਿਰ ਸੀਐਮ ਹੀ ਹੈ ਨਾ। ਜੇ ਸੀਐਮ ਸਾਹਿਬ ਕੋਲ ਨਹੀਂ ਕੰਟਰੋਲ ਹੋ ਰਿਹਾ, ਸੀਐਮ ਚੇਂਜ ਕਰ ਲਓ ਤੁਸੀਂ ਆਪਣਾ। ਗੱਲ ਮਦਨ ਜੀ ਵਿਲ ਪਾਵਰ ਦੀ ਹੈ, ਤੁਹਾਡੀ ਇੰਟਰਸਟ ਲੈਣ ਦੀ ਹੈ ਵੀ ਤੁਸੀਂ ਸੂਬੇ ਪ੍ਰਤੀ ਕਿੰਨਾ ਕੁ ਸੰਜੀਦਾ ਹੋ, ਕਿੰਨਾ ਉਹਨੂੰ ਸਮਝਦੇ ਹੋ। ਮੇਰੀ ਫੈਮਿਲੀ ਹੈ, ਜਿੱਥੋਂ ਤੱਕ ਮੇਰੀ ਸੋਚ ਹੈ ਵੀ ਸੀਐਮ ਸਾਹਿਬ ਹੁਣ ਡਿਸਹਾਰਟਨ ਹੋ ਗਏ ਆ, ਢਾਈ ਸਾਲ ਤਿੰਨ ਸਾਲ ਹੋ ਗਿਆ ਸਮਾਂ, ਵਾਅਦੇ ਨਹੀਂ ਇਹਨਾਂ ਕੋ ਹੋਏ ਆਪਣੇ ਪੂਰੇ, ਲੋਕਾਂ ਨੇ ਮਨ ਬਣਾਇਆ ਹੋਇਆ ਅਤੇ ਇਹਨਾਂ ਨੇ ਵੀ ਹੁਣ ਦੇਖ ਲਿਆ ਵੀ ਪੁਲਿਸ ਵਗੈਰਾ ਇਹਨਾਂ ਦੇ ਕੰਟਰੋਲ 'ਚ ਨਹੀਂ ਹੈਗੀ, ਕੋਈ ਸੁਣਦਾ ਹੀ ਨਹੀਂ, ਕੋਈ ਸਿਸਟਮ ਹੀ ਹੈ ਨਹੀਂ। ਕੋਈ ਪੁਲਿਸ ਦੀ ਤੁਸੀਂ ਗੱਲ ਕਰਦੇ ਹੋ ਅਤੇ ਮੈਂ ਅੱਜ ਜਿਹੜਾ ਹੁਣ ਉੱਥੇ ਮਰਡਰ ਕੇਸ 'ਚ ਦੇਖੋ ਕੰਪਲੇਨੈਂਟ ਫੈਮਿਲੀ ਦਾ ਫੈਮਿਲੀ ਵੱਲੋਂ ਪਰਚਾ ਹੀ ਨਹੀਂ ਦਰਜ ਕੀਤਾ ਗਿਆ। ਇਹ ਤੋਂ ਵੱਡੇ ਫਲੋਸ ਕੀ ਰਹਿਣਗੇ ਇਨਵੈਸਟੀਗੇਸ਼ਨ 'ਚ? ਕੱਲ੍ਹ ਨੂੰ ਕਹਿਣਾ ਜੀ ਇਨਸਾਫ਼ ਨਹੀਂ ਮਿਲਿਆ, ਇਨਸਾਫ਼ ਕਿੱਥੋਂ ਮਿਲਣਾ? ਬੁਨਿਆਦ ਹੀ ਉਹਦੀ ਝੂਠ 'ਤੇ ਰੱਖ ਦਿੱਤੀ, ਤੁਸੀਂ ਕਿੱਥੋਂ ਉਹਨਾਂ ਨੂੰ ਇਨਸਾਫ਼ ਮਿਲੇਗਾ? ਉਸ ਫੈਮਿਲੀ ਨੂੰ ਕਿੱਥੋਂ ਇਨਸਾਫ਼ ਮਿਲੇਗਾ? ਸ਼ੁਰੂ 'ਚ ਮਿੱਡਾ ਜੀ ਨੇ ਗੱਲ ਕੀਤੀ ਸੀ ਵੀ ਜਿਹੜਾ ਸੰਗਰੂਰ 'ਚ ਹੁਣ ਹੋਇਆ 20 ਲੱਖ ਮੁਆਵਜ਼ਾ ਦਿੱਤਾ, ਇਹਨਾਂ ਨੂੰ ਮੈਂ ਪੁੱਛਦਾ ਜੌੜੇ ਫਾਟਕ ਵਾਲਾ ਇੰਸੀਡੈਂਟ 1.5 ਸਾਲ ਹੋ ਗਿਆ, ਕੀ ਉੱਥੋਂ ਦੇ ਵਿਕਟਿਮਸ ਨੂੰ ਕਿਸੇ ਨੇ ਹਾਲੇ ਤੱਕ ਸਰਕਾਰੀ ਨੌਕਰੀ ਦਿੱਤੀ? ਕਿਸੇ ਇੱਕ ਨੂੰ ਦੱਸ ਦਿਓ ਪਿੱਛੇ ਜੇ ਐਜੂਕੇਸ਼ਨ ਵੀ ਕੀਤੀ ਸੀ, ਮਿਲ ਜਾਊਗੀ ਇਹ ਵੀ ਨਾਲ ਇਹਨਾਂ ਨੂੰ ਵੀ। ਐਂਡ ਜਿਹੜੇ ਫਾਰਮਰਸ ਨੇ ਸੁਸਾਈਡ ਕੀਤਾ, ਕੀ ਉਹਨਾਂ ਦਾ ਲੋਨ ਮਾਫ਼ ਹੋ ਗਿਆ? ਕੀ ਉਹਨਾਂ ਦੇ ਫੈਮਿਲੀ ਮੈਂਬਰ ਨੂੰ ਸਰਕਾਰੀ ਨੌਕਰੀ ਮਿਲ ਗਈ? ਕਿੰਨਾ ਬੇਵਕੂਫ ਬਣਾਉਂਦੇ ਆ, ਕਾਲਜਿਸ ਦੇ ਵਿੱਚ ਰਿਕਰੂਟਮੈਂਟਸ ਹੋ ਰਹੀਆਂ, ਸ਼ੁਰੂ ਤੋਂ ਹੋ ਰਹੀਆਂ, ਪਿੱਛੇ ਜਾ ਕੇ ਆਪਣਾ ਬੋਰਡ ਲਾਤਾ, ਅਪੁਆਇੰਟਮੈਂਟਸ ਬਾਏ ਦੇ ਪੰਜਾਬ ਗਵਰਨਮੈਂਟ। ਤੁਸੀਂ ਕਿਹਨੂੰ ਮੂਰਖ ਬਣਾ ਰਹੇ ਹੋ? ਲੋਕ ਬੜੇ ਸਿਆਣੇ ਆ, ਸਮਝ ਚੁੱਕੇ ਆ, ਹੁਣ ਸੀਐਮ ਚੇਂਜ ਕਰ ਲੈਣ, ਹੁਣ ਤਾਂ ਇੱਕੋ ਹੀ ਆ ਇਹਨਾਂ ਕੋ ਵੇ ਆਊਟ ਜੇ ਨਹੀਂ ਕੰਟਰੋਲ ਚ ਹੁੰਦਾ ਲਾਅ ਐਂਡ ਆਰਡਰ। ਸ਼ੁਰੂਆਤੀ ਜਦੋਂ ਸਾਡੀ ਗੱਲਬਾਤ ਸ਼ੁਰੂ ਹੋਈ ਸੀ ਉਦੋਂ ਇੱਕ ਗੱਲ ਡਾਕਟਰ ਸਾਹਿਬ ਕਹੀ ਸੀ ਮਿੱਡਾ ਜੀ ਨੇ ਕਿ ਮੁੱਖ ਮੰਤਰੀ ਆਪ ਅਮਰਿੰਦਰ ਸਿੰਘ ਮਾਯੂਸ ਨੇ ਜਿਹੜੀਆਂ ਗੱਲਾਂ ਹੁੰਦੀਆਂ ਇਹਨਾਂ ਨੇ ਕਿਹਾ ਸੀਗਾ। ਔਰ ਮੈਨੂੰ ਇੱਕ ਸਮਝ ਨਹੀਂ ਆ ਰਹੀ ਕਿ ਪੰਜਾਬ ਦੇ ਜੇ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ, ਮੈਂ ਇਹ ਵੀ ਨਹੀਂ ਕਹਿੰਦਾ ਕਿ ਇਹਦੇ ਲਈ ਸਿਰਫ ਅਮਰਿੰਦਰ ਸਿੰਘ ਜ਼ਿੰਮੇਵਾਰ ਆ, ਮੈਂ ਇਹ ਵੀ ਨਹੀਂ ਕਹਿੰਦਾ ਕਿ ਹੁਣ ਦੀ ਸਰਕਾਰ ਜ਼ਿੰਮੇਵਾਰ ਹੈ, ਮੈਂ ਤਾਂ ਪਹਿਲਾਂ ਹੀ ਕਿਹਾ ਕਿ ਪਿਛਲੀ ਸਰਕਾਰ ਵੀ ਜ਼ਿੰਮੇਵਾਰ ਹੈਗੀ ਹੈ। ਇਸ ਤੋਂ ਇਲਾਵਾ ਵੀ ਪੰਜਾਬ ਦੇ ਵਿੱਚ ਜਿਹੜਾ ਇੱਕ ਕਲਚਰ ਰਿਹਾ ਆ ਕੇਂਦਰ ਨੂੰ ਜ਼ਿੰਮੇਵਾਰ ਠਹਿਰਾਉਣ ਦਾ, ਕੀ ਤੁਸੀਂ ਇਹ ਨਹੀਂ ਸਮਝਦੇ ਕਿ ਇਹਦੇ ਨਾਲ ਜਿਹੜਾ ਪੰਜਾਬ ਦਾ ਕਿਰਦਾਰ ਹੈ ਉਹ ਦੋ ਤਰ੍ਹਾਂ ਦਾ ਹੋ ਗਿਆ? ਇੱਕ ਨਿਰਾਸ਼ਾ ਦੀ ਅਵਸਥਾ, ਲਗਾਤਾਰ ਜੇ ਤੁਹਾਡਾ ਇੱਕ ਬਹੁਤ ਵੱਡਾ ਲੀਡਰ ਜੈਸੀ ਪ੍ਰਕਾਸ਼ ਸਿੰਘ ਬਾਦਲ ਜੀ ਦੀ ਗੱਲ ਕਰੀਏ ਤਾਂ ਲਗਾਤਾਰ ਇਹ ਕਹਿੰਦੇ ਆ ਕਿ ਪੰਜਾਬ ਨਾਲ ਧੱਕਾ ਹੋ ਰਿਹਾ, ਪੰਜਾਬ ਨਾਲ ਧੱਕਾ ਹੋ ਰਿਹਾ। ਪਿਛਲੇ 70-75 ਸਾਲ ਤੋਂ ਪੰਜਾਬ ਨਾਲ ਧੱਕਾ ਹੋ ਰਿਹਾ ਹੋਵੇ ਔਰ ਪੰਜਾਬ ਦੇ ਲੋਕ ਧੱਕਾ ਜਿਹੜਾ ਆ ਉਹ ਬਰਦਾਸ਼ਤ ਹੀ ਕਰੀ ਜਾਣ, ਤਾਂ ਇੱਥੋਂ ਇਹ ਨਹੀਂ ਪਤਾ ਲੱਗਦਾ ਕਿ ਪੰਜਾਬ ਦਾ ਕਿਰਦਾਰ ਜਿਹੜਾ ਮਹਾਨ ਵਿਰਸੇ ਵਾਲੇ ਬੰਦੇ ਸੀ ਉਹ ਬਹੁਤ ਕਮਜ਼ੋਰ ਪੈ ਗਏ ਆ? ਬਾਦਲ ਸਾਹਿਬ ਇਹਦੀ ਗਵਾਹੀ ਦਿੰਦੇ ਆ। ਦੂਸਰਾ, ਉਸੇ ਮਾਯੂਸੀ ਦੇ ਵਿੱਚੋਂ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਆ ਕਿ ਅੱਗੇ ਆ ਕੇ ਜਿਹੜਾ ਕਿਸੇ ਵੇਲੇ ਬੜਾ ਸ਼ਾਂਤ ਸੂਬਾ ਮੰਨਿਆ ਜਾਂਦਾ ਸੀ, ਮਹਾਨ ਕਿਰਦਾਰ ਵਾਲਾ ਸੂਬਾ ਮੰਨਿਆ ਜਾਂਦਾ ਸੀ,
ਉਹ ਇੱਕ ਡਰ ਦਾ ਕਿਰਦਾਰ ਜਿਹੜਾ ਉਹ ਬਣ ਰਿਹਾ ਲੋਕਾਂ ਦੇ ਸਾਹਮਣੇ। ਬਿਲਕੁਲ ਠੀਕ ਹੈ ਆਪ ਜੀ ਦੀ ਗੱਲ। ਦੇਖੋ 1981 ਤੱਕ ਜੀ, ਤਕਰੀਬਨ 82 ਤੱਕ ਵਿਤਕਰੇ ਦੀ ਗੱਲ ਹੁੰਦੀ ਸੀ, ਪਰ ਉਹਦੇ ਖਿਲਾਫ਼ ਲੜਾਈ ਹੁੰਦੀ ਸੀ। ਉਹ ਕਾਂਗਰਸ ਚਾਹੇ ਉਹਦਾ ਕੁਛ ਵੀ ਕਰਦੀ ਸੀ ਪਰ ਵਿਰੋਧ ਨਹੀਂ ਕਰ ਸਕਦੀ ਸੀ। ਇੱਥੇ ਅਕਾਲੀਆਂ ਨੇ ਉਹ ਲੜਾਈ ਲੜੀਆਂ ਨੇ, ਲੋਕਾਂ ਨੇ ਲੜੀਆਂ ਨੇ, ਰਾਦਰ ਮੈਂ ਇਹ ਵੀ ਕਹਾਂਗਾ ਇਕੱਲੀਆਂ ਪੋਲੀਟੀਕਲ ਪਾਰਟੀਆਂ ਨੇ ਨਹੀਂ ਲੜੀਆਂ। ਅਤੇ ਉਹ ਚਾਹੇ ਖੁਸ਼ ਹੈਸੀਅਤ ਟੈਕਸ ਦੇ ਵਿਰੁੱਧ ਲੜਾਈ ਸੀ, ਬੜੀ ਡਟ ਕੇ ਲੜਾਈ ਲੜੀ ਅਤੇ ਕੈਰੋਂ ਵਰਗੇ ਤਕੜੇ ਮੁੱਖ ਮੰਤਰੀ ਨੂੰ ਹਰਾਇਆ, ਪੰਜਾਬੀ ਸੂਬਾ ਲਿਆ ਗਿਆ, ਉਹ ਐਵੇਂ ਨਹੀਂ ਮਿਲ ਗਿਆ। ਉਹ ਲੜਾਈਆਂ ਸੀ, ਉਦੋਂ ਬਾਅਦ ਇਹਨਾਂ ਦੇ ਆਪਦੇ ਵੈਸਟਡ ਇੰਟਰਸਟ ਸ਼ੁਰੂ ਹੋ ਗਏ। ਜਿਹੜੀ ਆਪਾਂ ਦੇਖੀਏ, ਇਹ ਐਂ ਨਹੀਂ ਹੈ ਕੇਂਦਰ ਦੇ ਉੱਤੇ ਜ਼ਿੰਮੇਵਾਰੀ ਪਾ ਦਿਓ, ਪਰ ਉਹ ਗੱਲ ਤਾਂ ਲੜਨਾ ਨਹੀਂ। ਅੱਜ ਠੀਕ ਹੈ ਕੇਂਦਰ ਵਿਤਕਰਾ ਕਰਦਾ ਪੰਜਾਬ ਨਾਲ, ਤੁਸੀਂ ਮੈਨੂੰ ਐਂ ਦੱਸੋ ਜੇ ਇੱਥੇ ਮਿਲੀਟੈਂਸੀ ਫੈਲੀ, ਜੇ ਉਹਦੇ ਉੱਤੇ ਖਰਚਾ ਹੋਇਆ ਤਾਂ ਇਹ ਪੰਜਾਬ ਦੀ ਜ਼ਿੰਮੇਵਾਰੀ ਹੈ ਨਾ? ਬਿਲਕੁਲ, ਜੇ ਇੱਥੋਂ ਦੀ ਕਣਕ ਪੈਦਾ ਹੋ ਕੇ ਜਾਂਦੀ ਸੀ ਉਹਦੇ 30,000 ਕਰੋੜ ਰੁਪਇਆ ਵੀ ਪੰਜਾਬ ਜ਼ਿੰਮੇ ਪਾ ਦਿਓ, ਤੁਸੀਂ ਪੰਜਾਬ 'ਚੋਂ ਤੁਸੀਂ ਠੂਠਾ ਫੜ ਕੇ ਬਾਹਰੋਂ ਮੰਗਣ ਨੂੰ ਤਿਆਰ ਹੋ, PL 480 ਦੇ ਅੰਡਰ ਤੁਹਾਨੂੰ ਮਿਲ ਨਹੀਂ ਰਿਹਾ ਅਨਾਜ ਪੈਦਾ ਕਰਕੇ ਦੇ ਰਿਹਾ ਪੰਜਾਬ, ਤੁਸੀਂ ਕਿਹਨੂੰ ਖਰਚਾ ਵੀ ਇਹਦੇ ਪਾ ਦਿਓ? ਜੇ ਪੰਜਾਬ ਦਾ ਪਾਣੀ ਖਰਾਬ ਹੋਇਆ, ਜੇ ਪੰਜਾਬ ਦੀ ਹਵਾ ਖਰਾਬ ਹੋਈ ਹੈ, ਜੇ ਪੰਜਾਬ ਦੀ ਮਿੱਟੀ ਖਰਾਬ ਹੋਈ ਹੈ, ਇਹਦਾ ਜ਼ਿੰਮੇਵਾਰ ਕੌਣ ਹੈ? ਜ਼ਿੰਮੇਵਾਰ ਉਹ ਵਿਗਿਆਨੀ ਨੇ ਜਿਨ੍ਹਾਂ ਨੇ ਗ੍ਰੀਨ ਰੈਵੋਲਿਊਸ਼ਨ ਦਾ ਪੰਜਾਬ ਦੇ ਕਿਸਾਨ ਨੇ ਆਪੇ ਤਾਂ ਨਹੀਂ ਬੀਜਣ ਲੱਗਿਆ ਝੋਨਾ। ਬਿਲਕੁਲ ਨਹੀਂ, ਉਹਨਾਂ ਨੇ ਪਹਿਲਾਂ ਕਿਹਾ ਸਫੇਦੇ ਲਾ ਦਿਓ, ਇਹਨਾਂ ਨੇ ਸਫੇਦੇ ਲਾ ਲਏ, ਅੱਜ ਤੁਸੀਂ ਉਹਨਾਂ ਨੂੰ ਜ਼ਿੰਮੇਵਾਰ ਠਹਿਰੇ ਜਾਂਦੇ ਹੋ। ਇਹਨੇ ਆ ਬੈਂਕਾਂ ਦੇ ਰੂਲ, ਤੁਸੀਂ 2 ਏਕੜ ਵਾਲੇ ਨੂੰ ਟਰੈਕਟਰ ਲੈਣ ਵਾਸਤੇ ਲੋਨ ਦਿਓਗੇ, ਲਿਮਿਟ ਉਹਦੀ ਇੰਨੀ ਹੈ ਨਹੀਂ, ਇਹਦਾ ਮਤਲਬ ਤੁਸੀਂ ਉਹਨੂੰ ਕਰਜ਼ੇ 'ਚ ਤੱਕ ਰਹੋਗੇ। ਇਹਨਾਂ ਦਾ ਜਿਹੜਾ ਇਹ ਟੇਕ ਓਵਰ ਕਰਨ ਦਾ, ਜ਼ਮੀਨ ਅਕਵਾਇਰ ਕਰਨ ਦਾ ਤਰੀਕਾ ਪਹਿਲਾਂ ਹੀ ਪਤਾ ਕਰਕੇ, ਸੋ ਇਹ ਜਾਣ ਬੁੱਝ ਕੇ ਕਿਉਂਕਿ ਆਪਦਾ ਰਾਜ ਕਾਇਮ ਕਰਨਾ ਚਾਹੁੰਦੇ ਨੇ, ਆਪਦੀ ਜ਼ਿੰਮੇਵਾਰੀ ਵੀ ਨਹੀਂ ਲੈਣਾ ਚਾਹੁੰਦੇ। ਮੈਂ ਇਹ ਗੱਲ ਕਹਿਣਾ ਵੀ ਜ਼ਿੰਮੇਵਾਰੀ ਨਾ ਅਕਾਲੀ ਲਾਈਨ ਨੂੰ ਤਿਆਰ ਨੇ, ਨਾ ਇਹ ਭਾਜਪਾ ਹੀ ਲਾਈਨ ਨੂੰ ਤਿਆਰ ਨੇ, ਨਾ ਕਾਂਗਰਸੀ ਲਾਈਨ ਨੂੰ ਤਿਆਰ ਨੇ। ਤੁਸੀਂ ਮੈਨੂੰ ਦੱਸੋ, ਰਾਜ ਬਿਲਕੁਲ ਠੀਕ ਹੈ, ਇਹਨਾਂ ਨੇ ਇਹ ਤਾਂ ਕਹਿੰਦੇ ਨੇ CM ਬਦਲ ਦਿਓ, ਮੈਂ ਡਾਕਟਰ ਹਾਂ, ਜੇ ਮੈਂ ਹੱਥ ਖੜੇ ਕਰਤੇ ਮੈਂ ਤਾਂ ਹਸਪਤਾਲ ਨਹੀਂ ਚੱਲਦਾ, ਫਿਰ ਮੈਨੂੰ ਉਹ ਛੱਡ ਦੇਣਾ ਚਾਹੀਦਾ। ਬਿਲਕੁਲ ਠੀਕ, ਬਦਲਣ ਦੀ ਲੋੜ ਨਹੀਂ ਪੈਂਦੀ। ਸੋ ਜੇ ਥੋਤੋਂ ਸਰਕਾਰ ਚੱਲਦੀ ਹੋਈ ਨਹੀਂ, ਤੁਸੀਂ ਕਹਿੰਦੇ ਸਾਡੇ ਕੋਲ ਤਾਂ ਪੈਸਾ ਹੀ ਨਹੀਂ ਜੀ, ਖਜ਼ਾਨੇ 'ਚ ਪੈਸਾ ਹੀ ਨਹੀਂ, ਫਿਰ ਜੇ ਪੈਸਾ ਤੁਸੀਂ ਤੁਹਾਨੂੰ ਨਾ ਪੈਦਾ ਕਰਨਾ ਆਉਂਦਾ, ਨਾ ਤੁਹਾਨੂੰ ਖਰਚਾ ਠੀਕ ਕਰਨਾ ਆਉਂਦਾ, ਸੱਚੀ ਮੁੱਚੀ ਪੈਸਾ ਨਹੀਂ ਹੈਗਾ। ਮੈਂ ਦੱਸਦਾ ਜੀ ਕਿਵੇਂ, ਪੈਸਾ ਕਦੀ ਵੀ ਨਹੀਂ ਖਜ਼ਾਨੇ 'ਚ, ਕੋਈ ਪੈਸੇ ਐਂ ਪਏ ਥੋੜ੍ਹੇ ਹੁੰਦੇ ਨੇ। ਹਰ ਸਾਲ ਤੁਸੀਂ ਇੱਕ ਬਜਟ ਬਣਾਉਂਦੇ ਹੋ, ਬਜਟ ਦਾ ਮਤਲਬ ਵੀ ਇਹ ਹੈ ਵੀ ਇੰਨੀ ਸਾਡੀ ਆਮਦਨ ਹੋਊ, ਇੱਥੋਂ ਇੱਥੋਂ ਆਊਗੀ, ਐਂ ਖਰਚੀ ਕਰਾਂਗੇ। ਇਹਨਾਂ ਨੇ ਉਹਦੇ ਵਿੱਚ ਆਪਾਂ ਕੀ ਕਰਦੇ ਹੁੰਦੇ ਹਾਂ, ਆਪਾਂ ਘਰਾਂ 'ਚ ਵੀ ਇਹੀ ਕਰਦੇ ਹਾਂ ਵੀ ਜੇ ਆਪਣੀ ਆਮਦਨ ਘੱਟ ਹੋਣੀ ਆ ਫਰਜ਼ ਕਰੋ, ਇੱਕ ਤਾਂ ਆਪਾਂ ਦੇਖਣਾ ਹੋਰ ਕਿੱਥੋਂ ਆਮਦਨ ਹੋ ਸਕਦੀ ਹੈ, ਕਿਤੇ ਆਧਾਰ ਲਿਆ ਹੋਇਆ ਉਹ ਤੋਂ ਵਾਪਸ ਲਿਆ ਜਾ ਸਕਦਾ। ਦੂਜਾ ਅਸੀਂ ਦੇਖਦੇ ਹਾਂ ਵੀ ਕਿੱਥੇ ਕਿੱਥੇ ਸਾਡੇ ਖਰਚੇ ਘਟਾਏ ਜਾ ਸਕਦੇ ਨੇ, ਇਹ ਦੋਨੇ ਚੀਜ਼ਾਂ ਦੇਖਦੇ ਹਾਂ। ਇਹਨਾਂ ਨੇ ਨਾ ਤਾਂ ਖਰਚੇ ਘਟਾਏ, ਇਹ ਸਮਾਂ ਹੋਰ ਹੀ ਵਧਾਈ ਗਏ ਆਪਦੇ ਆਪਦੇ, ਜਿੱਥੇ ਆਪਦਿਆਂ ਨੂੰ ਚੇਤਿਆਂ ਨੂੰ ਦੇਣ ਵਾਸਤੇ ਓਐਸਡੀਆਂ ਦੀ ਇੰਨੀ ਨਾਮਡੋਰੀ ਦੀ ਕੀ ਲੋੜ ਸੀ, ਇਹਨਾਂ ਨੂੰ ਉੱਤੇ ਇੱਕ ਅਡੀਸ਼ਨਲ ਚੀਫ ਸੈਕਟਰੀ ਜਿਹੜਾ ਲਾਉਣ ਦੀ ਕੀ ਲੋੜ ਸੀ। ਇਹ ਖਰਚੇ ਉੱਧਰ ਵਧਾਈ ਗਏ, ਉਮਰ ਵਧਾਤੀ ਰਿਟਾਇਰਮੈਂਟ ਦੀ, ਉਹਦੇ ਨਾਲ ਨਵੇਂ ਬੰਦਿਆਂ ਨੂੰ ਨੌਕਰੀ ਮਿਲਣੋਂ ਹਟ ਗਈ, ਜਿਹੜੇ ਮਨਰੇਗਾ 'ਚ ਪੈਸਾ ਕੇਂਦਰ ਤੋਂ ਆਉਣਾ ਸੀ ਉਹ ਵੀ ਨਹੀਂ ਲਿਆ, ਉਹਦੇ 'ਚ ਵੀ ਹੇਰਾਫੇਰੀ ਹੋਣ ਲੱਗ ਗਈ। ਇਹ ਮੈਨੂੰ ਇਹ ਤਾਂ ਦੱਸ ਦੇਣ ਵੀ ਅਸੀਂ ਇਸ ਫਰੰਟ ਦੇ ਉੱਤੇ ਇਮਾਨਦਾਰੀ ਨਾਲ ਐਡਮਿਨਿਸਟ੍ਰੇਸ਼ਨ ਨਾਲ ਸਾਡੀਆਂ ਕਮਜ਼ੋਰੀਆਂ ਮੁਸ਼ਕਲਾਂ ਅਤੇ ਸਾਡੀ ਮਾੜੀ ਹਾਲਤ ਦੇ ਬਾਵਜੂਦ ਅਸੀਂ ਆ ਸਿੰਸੀਅਰ ਐਫਰਟ ਕਰੀਏ। ਸਵਾਲ ਇਹ ਹੁੰਦਾ ਹੈ ਵੀ ਤੁਸੀਂ ਸਿੰਸੀਅਰ ਐਫਰਟ ਕਿਵੇਂ ਕਰੀਏ? ਹੋ ਸਕਦਾ ਮੈਂ ਮਰੀਜ਼ ਨੂੰ ਨਾ ਬਚਾ ਸਕਾਂ, ਪਰ ਮੇਰੇ 'ਤੇ ਇਹ ਡਾਕਟਰ ਨਾ ਲੱਗੇ ਵੀ ਤੂੰ ਤਾਂ ਕੰਮ ਹੀ ਨਹੀਂ ਕਰ, ਤੂੰ ਸੁੱਤਦਾ ਪਿਆ। ਇਹ ਜਿਹੜੇ ਤੁਸੀਂ ਵੱਡੇ ਮਸਲੇ ਦੱਸ ਰਹੇ ਹੋ, ਕਿਤੇ ਨਾ ਕਿਤੇ ਸਮਾਜ ਦੇ ਅੰਦਰ ਫਰਸਟ੍ਰੇਸ਼ਨ ਦਾ ਇੱਕ ਵੱਡਾ ਕਾਰਨ, ਇਹ ਵੱਡਾ ਕਾਰਨ ਇਹੀ ਬਣੇ ਨੇ ਮਿੱਡਾ ਜੀ, ਇਹ ਵੀ ਵੱਡਾ ਕਾਰਨ ਹੈਗਾ। ਸਾਡੇ ਕੋਲ ਸਮਾਂ ਬੜਾ ਥੋੜ੍ਹਾ ਰਹਿ ਗਿਆ, ਮੈਂ ਤੁਹਾਡਾ ਇਹਦੇ 'ਚ ਵਰਸ਼ਨ ਲੈਣਾ ਚਾਹੂੰਗਾ ਵੀ ਜਿਹੜੇ ਆ ਕਤਲ ਹੋ ਰਹੇ ਆ ਜਿਹੜੇ ਲਗਾਤਾਰ, ਔਰ ਜਿਹੜੀਆਂ ਜਿੱਧਰ ਨੂੰ ਸੂਬਾ ਜਾ ਰਿਹਾ ਆਪਣੇ ਸੁਭਾਅ ਦੇ ਉਲਟ, ਇਹਦੇ ਵਿੱਚ ਸਰਕਾਰਾਂ ਦਾ ਫੇਲਿਅਰ ਤਾਂ ਹੈਗਾ ਹੀ ਹੈ। ਦੇਖੋ ਇਹ ਗੱਲ ਜਿਹੜੀ ਹੈ ਮੰਨਣੀ ਪਏਗੀ ਕਿ ਪੰਜਾਬ ਨੂੰ ਪੈਰਾਂ ਸਿਰ ਖੜ੍ਹਾ ਕਰਨ ਵਾਸਤੇ ਬੇਹੱਦ ਜਿਹੜੀ ਡੈਡੀਕੇਸ਼ਨ ਦੀ ਜ਼ਰੂਰਤ ਹੈ, ਔਰ ਇਹ ਕੋਈ ਇੱਕ ਖਿੱਤਾ ਨਹੀਂ, ਸਾਰੇ ਖਿੱਤੇ ਹੀ ਜਿਹੜੇ ਨੇ ਉਹ ਬੁਰੀ ਤਰ੍ਹਾਂ ਜਿਹੜੇ ਆ ਉਹ ਬੇਚੈਨੀ 'ਚ ਸਨ, ਔਰ ਉਹਨਾਂ ਨੂੰ ਹਰ ਜਿੱਥੇ ਕਿਸਾਨੀ ਦੀ ਗੱਲ ਸੀ ਉੱਥੇ ਵੀ ਬੜਾ ਧਿਆਨ ਮੰਗਦਾ ਹੈ, ਜਿੱਥੇ ਨੌਜਵਾਨੀ ਦੀ ਗੱਲ ਸੀ ਉੱਥੇ ਵੀ ਬਹੁਤ ਧਿਆਨ ਦੀ ਲੋੜ ਸੀ, ਜਿੱਥੇ ਗੱਲ ਬੇਰੁਜ਼ਗਾਰੀ ਦੀ ਸੀ ਕਿਉਂਕਿ ਸਾਰੇ ਕਾਰਖਾਨੇ ਸਾਰਾ ਵਪਾਰ ਜਿਹੜਾ ਲੁੱਟਿਆ ਪੁੱਟਿਆ ਗਿਆ ਪੰਜਾਬ ਦਾ, ਉੱਥੇ ਵੀ ਕੰਮ ਕਰਨ ਦੀ ਲੋੜ ਸੀ, ਜਿੱਥੇ ਸਮਾਜ ਦੇ ਵਿੱਚ ਇੰਨੀਆਂ ਵੰਡੀਆਂ ਪਈਆਂ ਹੋਈਆਂ ਸਨ ਉੱਥੇ ਵੀ ਕੰਮ ਕਰਨ ਦੀ ਲੋੜ ਸੀ। ਮੈਂ ਮੋਟੇ ਤੌਰ ਦੇ ਉੱਤੇ ਇਹ ਕਹਿ ਸਕਦਾ ਕਿ ਪੰਜਾਬ ਨੂੰ ਸਾਡੇ ਸੂਬੇ ਨੂੰ ਦਰਪੇਸ਼ ਮੁਸ਼ਕਲਾਂ ਬਹੁਤ ਸਨ,
ਔਰ ਉਹ ਬਹੁਤਾਤ ਦੇ ਵਿੱਚੋਂ ਇੱਕ ਮਲਟੀ ਤਰੀਕੇ ਨਾਲ ਕੰਮ ਕਰਨ ਦੀ ਜਿਹੜੀ ਹੈ ਉਹ ਲੋੜ ਸੀ ਔਰ ਉੱਥੇ ਜਿਹੜਾ ਚੂਝ ਰਹੇ ਹਨ ਕੈਪਟਨ ਅਮਰਿੰਦਰ ਸਿੰਘ ਹਜੇ ਤੱਕ ਵੀ ਚੂਝ ਰਹੇ ਹਨ ਕਿ ਇਹ ਜਿਹੜਾ ਹੈ ਕਿਸੇ ਸਾਰੇ ਜਿਹੜੇ ਵਰਗ ਨੇ ਸਾਰਾ ਜਿੱਥੇ ਵੀ ਇਹ ਆਰਥਿਕ ਸਥਿਤੀ ਆ ਉਸ ਨੂੰ ਪੈਰਾਂ ਸਿਰ ਖੜ੍ਹੇ ਕਰਕੇ ਮੈਨੂੰ ਲੱਗਦਾ ਹੈ ਮੈਨੂੰ ਉਮੀਦ ਹੈ ਮੈਨੂੰ ਉਹਨਾਂ ਦੀ ਇੰਟੈਲੀਜੈਂਸੀ 'ਤੇ ਕੋਈ ਡਾਊਟ ਨਹੀਂ ਹੈ ਕਿ ਜਿਹੜੇ ਆਉਣ ਵਾਲੇ ਵਰੇ ਨੇ ਉਹ ਵਿਕਾਸ ਵਰੇ ਵਜੋਂ ਰਹਿਣਗੇ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਜਿਹੜਾ ਹੈ ਉਹ ਪਹਿਲਾਂ ਨਾਲੋਂ ਬਿਹਤਰ ਸਥਿਤੀ 'ਚ ਪਹੁੰਚੇਗਾ। ਤੁਹਾਡੇ ਕੋਲ ਜਾਣੀ ਚਾਹਾਂਗਾ ਇਹ ਕਹਿੰਦੇ ਕਿ ਜੂਝ ਰਹੇ ਆ ਜਿਹੜੇ ਤੁਸੀਂ ਵਿਗਾੜ ਰਹੇ ਆ। ਸਹਿਮਤ ਹੋ ਜਾਂਦਾ ਮੈਂ ਇਹਨਾਂ ਦੀ ਇਸ ਗੱਲ ਨਾਲ ਵੀ ਸੀਐਮ ਸਾਹਿਬ ਜੂਝ ਰਹੇ ਆ। ਆਰਥਿਕ ਸਥਿਤੀ ਸਟੇਟ ਦੀ ਆ ਠੀਕ ਆ ਉਹਦੇ ਕਰਕੇ ਕਹਿੰਦੇ ਵੀ ਜੂਝ ਰਹੇ ਆ। ਉਹ ਪਹਿਲਾਂ ਵੀ ਮੁੱਖ ਮੰਤਰੀ ਰਹਿ ਚੁੱਕੇ ਆ ਐਂਡ 2007 ਤੋਂ ਬਾਅਦ 17 ਤੱਕ ਐਕਟਿਵ ਰਹੇ ਆ ਪੰਜਾਬ ਦੀ ਸਿਆਸਤ ਵਿੱਚ। ਉਹ ਜਿਹੜੀ ਸਾਡੀ ਸਰਕਾਰ ਵੇਲੇ ਫਾਈਨੈਂਸ ਮਿਨਿਸਟਰ ਸੀ ਉਹ ਵੀ ਉਹਨਾਂ ਦੇ ਨਾਲ ਰਹੇ ਆ ਮਨਪ੍ਰੀਤ ਬਾਦਲ, ਉਹਨਾਂ ਨੂੰ ਵੀ ਆਰਥਿਕ ਸਥਿਤੀ ਦਾ ਪਤਾ ਸੀ। ਐਂਡ ਕੋਈ ਇਹੋ ਜਿਹੇ ਨਹੀਂ ਹੁੰਦੇ ਐਂਡ ਖਾਸ ਕਰਕੇ ਸੀਐਮ ਲੈਵਲ ਦਾ ਪੋਲੀਟੀਸ਼ੀਅਨ ਜਿਹਨੂੰ ਕਿ ਸਟੇਟ ਦੀ ਇਕਨੋਮਿਕ ਸਥਿਤੀ ਦਾ ਨਾ ਪਤਾ ਹੋਵੇ। ਤੁਸੀਂ ਇਹ ਵਾਅਦੇ ਆਪ ਕੀਤੇ ਆ ਅਤੇ ਅੱਜ ਤੁਸੀਂ ਉਹ ਇਲਜ਼ਾਮ ਸਟੇਟ ਦੀ ਆਰਥਿਕ ਸਥਿਤੀ ਤੇ ਸੁੱਟ ਦੋ। ਇਹ ਮਸਲਾ ਬਹੁਤ ਮਹੱਤਵਪੂਰਨ ਡਾਕਟਰ ਸਾਹਿਬ, ਸਥਿਤੀ ਤੇ ਸੁੱਟ ਜੋ। ਇਹ ਕਿੱਥੋਂ ਦੀ ਗੱਲ, ਜਦੋਂ ਕੈਪਟਨ ਸਾਹਿਬ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ, ਕਿੱਥੋਂ ਦਾ ਇਨਸਾਫ ਹੈ, ਤੁਸੀਂ ਲੋਕਾਂ ਦਾ ਨੁਕਸ ਕਿੱਥੋਂ ਕੱਢ ਦੋਗੇ ਐਂਡ ਇੱਕ ਮਾਫ ਕਰਨਾ ਸਾਡਾ ਕਿੱਥੋਂ ਨੁਕਸ ਕੱਢ। ਮੈਂ ਦੋ ਗੱਲਾਂ ਕਹਾਂਗਾ ਇਹਦੇ 'ਚ ਵੀ ਸਿਆਸੀ ਪਾਰਟੀਆਂ, ਅੱਜ ਪੰਜਾਬ ਦਾ ਹੱਲ ਸਿਆਸੀ ਹੈ ਪਹਿਲੀ ਗੱਲ। ਇਹ ਸਾਰੀਆਂ ਪਾਰਟੀਆਂ 'ਚੋਂ ਪ੍ਰਸ਼ਾਸਨਿਕ ਤਰੀਕੇ 'ਚੋਂ ਹੱਲ ਲੱਭਦੀਆਂ ਨੇ। ਅਸੀਂ ਪੁਲਿਸ ਤਕੜੀ ਕਰਤੀ, ਅਸੀਂ ਫਲਾਣਾ ਵਿਜੀਲੈਂਸ ਤਕੜਾ ਕਰਤਾ, ਅਸੀਂ ਇਹਨੂੰ ਜੇਲ੍ਹ 'ਚ ਪਾਤਾ, ਕਾਨੂੰਨ ਵੀ ਉਹੀ ਬਣਾਉਂਦੀਆਂ ਨੇ। ਆ ਨਸ਼ਿਆਂ ਦੇ ਮਾਮਲੇ ਦੇ ਉੱਤੇ ਸਾਰਿਆਂ ਨੇ ਆਖਿਆ ਹਾਂਜੀ ਜਾਇਦਾਦ ਜ਼ਬਤ ਦਾ ਕਾਨੂੰਨ ਬਣਾਓ, ਕਾਨੂੰਨ ਬਣਾਉਣ ਨਾਲ ਠੀਕ ਹੋ ਜਾਊਗਾ। ਸੋ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣਾ ਕੇ ਪੇਸ਼ ਕਰਦੀਆਂ ਨੇ ਜਿਹੜੀ ਸੋਸ਼ੋ-ਪੋਲੀਟੀਕਲ ਪਿਛਲੇ ਸਾਲਾਂ ਤੋਂ ਕੇਂਦਰ ਦੇ ਉੱਤੇ ਦਬਾਅ ਵੀ ਘਟਿਆ। ਹਾਂ, ਇਹ ਦਬਾਅ ਤਾਂ ਹੀ ਘਟਿਆ ਕਿਉਂਕਿ ਸੋਸ਼ੋ-ਪੋਲੀਟੀਕਲ ਸਮੱਸਿਆ, ਸੋਸ਼ੋ-ਇਕਨੋਮਿਕ ਪੋਲੀਟੀਕਲ ਆਰਥਿਕ ਜਿਹੜੀ ਸਮਾਜਿਕ ਸਮੱਸਿਆ ਹੈ, ਇਹ ਸਿਆਸਤ ਚਾਹੁੰਦੀ ਨਹੀਂ ਵੀ ਲੋਕ ਇਕੱਠੇ ਹੋਣ ਅਤੇ ਲੋਕ, ਕਿਉਂਕਿ ਇਹਨਾਂ ਨੂੰ ਐਂ ਵੀ ਸਾਡੇ ਘਰ ਪੈਣਗੇ, ਸਾਡਾ ਪਰਿਵਾਰਵਾਦ ਖਤਮ ਹੋਊ। ਇਸ ਕਰਕੇ ਲਾਅ ਐਂਡ ਆਰਡਰ ਦੇ ਡੰਡੇ ਨਾਲ ਚਲਾਉਣਾ ਚਾਹੁੰਦੇ ਨੇ, ਉਹ ਡੰਡੇ ਨਾਲ ਨਹੀਂ ਚੱਲਣਾ। ਬਿਲਕੁਲ ਠੀਕ ਹੈ, ਮੈਂ ਇਸ ਗੱਲ ਨਾਲ ਸਹਿਮਤ ਹਾਂ। ਮੈਂ ਇੱਥੇ ਇੱਕ ਹੋਰ ਗੱਲ ਜਿਹੜੀ ਕਰਨੀ ਚਾਹੁੰਦਾ ਹਾਂ ਅੰਤ ਦੇ ਵਿੱਚ ਕਿ ਜਿਹੜਾ ਇੱਕ ਦਬਾਅ ਕਿਸੇ ਜ਼ਮਾਨੇ ਹੁੰਦਾ ਸੀ ਕੇਂਦਰ ਦੇ ਉੱਪਰ ਪੰਜਾਬ ਦਾ, ਉਹ ਨਹੀਂ ਰਿਹਾ, ਇਹ ਬਹੁਤ ਸਪਸ਼ਟ ਆ। ਔਰ ਉਹਦਾ ਖਮਿਆਜ਼ਾ ਪੰਜਾਬ ਦੇ ਲੋਕ ਭੁਗਤ ਰਹੇ ਆ। ਕਦੇ ਆਪੋ ਵਿੱਚ ਜਿਹੜਾ ਹੈਗਾ ਉਹ ਕਤਲੋਕਾਰ ਦੇ ਚੱਕਰ ਵਿੱਚ ਪੈ ਜਾਂਦੇ ਆ, ਲੜਾਈਆਂ ਝਗੜਿਆਂ ਦੇ ਚੱਕਰ 'ਚ ਪੈ ਜਾਂਦੇ ਆ, ਜਾਂ ਫਿਰ ਵੱਧ ਤੋਂ ਵੱਧ ਖੁਦਕੁਸ਼ੀ ਕਰ ਲੈਂਦੇ ਆ। ਔਰ ਇਹਦੇ ਲਈ ਸਿੱਧੇ ਸਿੱਧੇ ਤੌਰ 'ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸਾਡੇ ਜਿਹੜੇ ਮੁੱਖ ਮੰਤਰੀ ਬਣਦੇ ਆ ਜਾਂ ਜਿਹੜੇ ਮੰਤਰੀ ਬਣਦੇ ਆ ਉਹ ਕਿਤੇ ਨਾ ਕਿਤੇ ਕਾਣੇ ਹੁੰਦੇ ਆ। ਅੱਜ ਕੱਲ੍ਹ ਜਿਹੜੇ ਕਾਣੇ ਹੋ ਗਏ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਕਮਜ਼ੋਰੀਆਂ ਉਹਨਾਂ ਵਿੱਚ ਹੈਗੀਆਂ ਕਿਸੇ ਨਾ ਕਿਸੇ ਕਿਸਮ ਦੀਆਂ, ਔਰ ਉਹ ਡਰਦੇ ਆ ਕੇਂਦਰ ਸਰਕਾਰ ਤੋਂ। ਇਸ ਕਰਕੇ ਪੰਜਾਬ ਦੇ ਹੱਕਾਂ ਵਿੱਚ ਹੁਣ ਨਹੀਂ ਡਟ ਰਹੇ, ਉਹ ਡਟ ਕੇ ਨਹੀਂ ਬੋਲ ਰਹੇ, ਅਤੇ ਪੰਜਾਬ ਦੇ ਲੋਕ ਜਿਹੜੇ ਹੈਗੇ ਆ ਇਸੇ ਗੱਲ ਕਰਕੇ ਫਰਸਟ੍ਰੇਟ ਹੈਗੇ ਆ, ਔਰ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੇ ਕੁਰੀਤੀਆਂ ਜਿਹੜੀਆਂ ਹੈਗੀਆਂ ਉਹ ਲਗਾਤਾਰ ਵੱਧ ਰਹੀਆਂ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਬਣੇ ਰਹੇ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।